ਲੋ ਬਾਈ ਕਣਕ ਦਾ ਪਹੁੰਚੇ ਵੇ ਕਰਨਾ ਸੀ ਮੋਇਨਾ ਹੈਂ ਕਰਨਾ ਹੱਥ ਮੈਂ ਕਹਿੰਦਾ ਦੇਖ ਲਾ ਬਲ ਹਰੀ ਹੁਰੀ ਜਿਹੜੀ ਆਲੇ ਦੁਆਲੇ ਹਰੀ ਨੀ ਹੈ ਕੋਈ ਹਰਾ ਹੁਰਾ ਨੀ ਹੈਗਾ ਪੱਕੇ ਪਈ ਹੈ ਪੱਕੇ ਖਾ ਕੇ ਦੇਖ ਮਾੜਾ ਹਰੇ ਵੀ ਪੱਕ ਜਾਂਦੇ ਯਾਰ ਫਿਰ ਵਾਢਾ ਚ ਲੱਗਦਾ ਆਹ ਤਾਂ ਕਣਕ ਆਹ ਉਹ ਦਿਖਣਾ ਤਲੀ ਦੇ ਵਿੱਚ ਉਹ ਬੱਲਾਂ ਹੈ ਨਾ ਹਰੀਆਂ ਜੀਆਂ ਚੱਲ ਇੰਨੀ ਕੁ ਦਾ ਤਾਂ ਕੁਛ ਨੀ ਹੈਨਾ ਉਹ ਇੰਨੀ ਕੁ ਦਾ ਗਰਮੈਸ਼ ਨੇ ਵਿਗਾੜਨੀ ਹੈ 10 ਦਾਣੇ ਪੱਕੇ ਹੋਏ ਇੱਕ ਹਰਾ ਗਿਰ ਗਿਆ ਵਿੱਚ ਉਹਨੇ ਆਪੇ ਸਾਨੂੰ ਕੇ ਪੱਕ ਜਾਣਾ ਹਾਂ ਹੋਰ ਕੀ ਹੋਰ ਦੇਖ ਅੱਗੇ ਮਾੜਾ ਮੋਟਾ ਆਲੇ ਦੁਆਲੇ ਘੁੰਮ ਕੇ ਮਾੜਾ ਜਿਹਾ ਠੀਕ ਨੀ ਮੇਰੇ ਹਿਸਾਬ ਨਾਲ ਤਾਂ ਮੈਨੂੰ ਠੀਕ ਹੀ ਲੱਗਦਾ ਕੰਮ ਮੇਰੇ ਹਿਸਾਬ ਨਾਲ ਹਲੇ ਥੋੜ੍ਹੀ ਥੋੜ੍ਹੀ ਕੱਚੀ ਹੈ ਯਾਰ ਮੀਂਹ 'ਚ ਛੱਡ ਜਾਣੀ ਇਹ ਹੁਣ ਸਿਰੇ ਕੰਮ ਪਹੁੰਚ ਜਾਂਦੀ ਹਾਂ ਠੀਕ ਮੀਂਹ ਨਾਲ ਵੀ ਕਣਕ ਝੜਦੀ ਹੁੰਦੀ ਹੈ ਕਿਆ ਪਤਾ ਮੀਂਹ ਨਾਲ ਹੋਰ ਕੋਈ ਪੈ ਜੀ ਕਰਦਾ ਅੱਛਾ ਮੀਂਹ ਨਾ ਦੇਖ ਕਰਦਾ ਨਹੀਂ ਆ ਦੇਖ ਇੱਕ ਆ ਦੇਖ ਇੱਥੇ ਨੂੰ ਇੱਥੇ ਨੂੰ ਆ ਫਾਂਟ ਜੀ ਜਿੱਥੇ ਨੂੰ ਰਹਿੰਦੀ ਆਈ ਹੈ ਬੱਲਾਂ ਬੜੀਆਂ ਨਹੀਂ ਦਿਖਦੀਆਂ ਦੇਖ ਹਨਾ ਇੱਧਰ ਚੱਲਦਾ ਕੰਮ ਇਹ ਤਾਂ ਹੁਣ ਕਮੈਂ ਦੱਸੂਗੀ ਹੈਂ ਕਿਆ ਕੁਛ ਲੈ ਬਈ ਕਣਕ ਤਾਂ ਖੜੀ ਆ ਪੂਰੀ ਦੀ ਪੂਰੀ ਮੋੜੀ ਮੋੜੀ ਪਾਇਆ ਤਾਂ ਬਾਈ ਅਸੀਂ ਹੈਂ ਬੀਜ ਇੱਥੇ ਥੋੜਾ ਪਾਇਆ ਨਹੀਂ ਥੋੜਾ ਪਿਆ ਏ ਆਹੋ ਉਦਾਂ ਥੋੜਾ ਪੈ ਕੇ ਚੱਲ ਬੀਜ ਇਹ ਜੇ ਥੋੜਾ ਬਹੁਤਾ ਹੋਰ ਜ਼ਿਆਦਾ ਹੁੰਦਾ ਫਾਇਦੇ ਚ ਨਾ ਨਾ ਐਂ ਤਾਂ ਜੇ ਬੀਜ ਘੱਟਾ ਤਾਂ ਬੱਲ ਵੀ ਸੋਹਣੀ ਤਗੜੀ ਆ ਭਾਰੀ ਆ ਤਗੜੀਆਂ ਹੈਂ ਬੱਲਾਂ ਸਾਰੀਆਂ ਤਗੜੀਆਂ ਨਾ ਸਾਰੇ ਪਾਸੇ ਹੀ ਰਹੀ ਐ ਹਾਂ ਬਾਕੀ ਹੱਥ ਵੀ ਕਰਤਾ ਕਣਕ ਨੂੰ ਵੱਢ ਵੀ ਲਈ ਆਹੋ ਅੱਛਾ ਕਿੱਧਰ ਉਹ ਸਾਹਮਣੇ ਹੈ ਠੀਕ ਹੈ ਯਾਰ ਆਹ ਤਾਂ ਮੈਨੂੰ ਵਿੱਚ ਵਿੱਚ ਚੌਂਕਦੀ ਜੀ ਦਿਖੀ ਜਾਂਦੀ ਬੱਲ ਹਰੀ ਹਰੀ ਆ ਮੈਨੂੰ ਆਹ ਆਹ ਦੇਖ ਆਹ ਜਿੱਕਣਾ ਆਹ ਬੱਲ ਮਾੜੀ ਮੋਟੀ ਮਾੜੀ ਮੋਟੀ ਤਾਂ ਹੁਣ ਹੈਂ ਇਹਦਾ ਮਹੀਨਾ ਨਹੀਂ ਪੱਕਣੀ ਕਿ ਕਿੰਨਾ ਟਾਈਮ ਖੜ ਜੂਗਾ ਆਹ ਬੱਲ ਮਹੀਨਾ ਨਹੀਂ ਪੱਕਣੀ ਇਹ ਤਾਂ ਪੱਕਣੀ ਹੋਣੀ ਹੈਗੀ ਇਹਨੂੰ ਕਿਹਾ ਲਾਜੇ ਨਹੀਂ ਇਹਦਾ ਵੀ ਲਾ ਦੁੱਧ ਆ ਹਲੇ ਇਹ ਨਹੀਂ ਪੱਕਣੀ ਹੈਗੀ ਇਹਦੇ ਕਰਕੇ ਕਿਤੇ ਦੂਈ ਨਾ ਝਾੜ ਲਈਏ ਹੈ ਨਾ ਇਹਦਾ 5-4 ਦਿਨ ਤੱਕ ਕੋਈ ਵੀ ਦੇਖਣੀ ਹਰੀਆਂ ਵਧਾਣੀਆਂ ਹਾਂ ਉਹ ਪਾਂ ਥੋੜੀ ਰਹਿੰਦੀ ਆ ਜੇ ਕਿਤੇ ਮੰਡੀ 'ਚ ਫੋਲਤੀ ਤਾਂ ਘੰਟੇ ਸੁੱਕ ਜਾਣੀ ਹਾਂ ਇਹ ਵੀ ਹੈ ਬਾਈ ਬਾਕੀ ਬਾਈ ਕਣਕ ਸਾਡੀ ਇੱਕ ਨੰਬਰ ਆ ਗੁੱਲੀ ਡੰਡੇ 'ਤੇ ਰਹਿਤ ਗੁੱਲੀ ਡੰਡੇ 'ਤੇ ਰਹਿਤ ਹੈ ਗੁੱਲੀ ਡੰਡੇ ਦਾ ਚੱਲ ਬਚਾਓ ਰਿਹਾ ਹੁੰਦਾ ਤਾਂ ਸਾਰਿਆਂ ਦੇ ਹੀ ਹੈ ਐਤਕੀ ਕੁਦਰਤੀ ਬਚਾਓ ਰਿਹਾ ਗੁੱਲੀ ਡੰਡੇ ਵਾਲੀ ਦਾ ਫਾਇਦਾ ਤਾਂ ਹੈ ਜੇ ਕਿਸੇ ਨੇ ਤੂੜੀ ਤਾੜੀ ਬਣਾਉਣੀ ਹੈ ਬਈਆਂ 'ਤੇ ਵਧਾਉਣੀ ਹੈ ਅਤੇ ਹੜੰਬੇ 'ਚ ਵਧੀਆ ਤੂੜੀ ਬਣਦੀ ਹੈ ਨਾ ਹਾਂ ਗੁੱਲੀ ਡੰਡੇ ਬਗੈਰ ਖਿੜਮੀ ਜੀ ਨਹੀਂ ਮਸ਼ੀਨ ਵਾਲ ਨੂੰ ਵੀ ਫਾਇਦਾ ਇਸ ਚੀਜ਼ ਦਾ ਪੱਕ ਗਈ ਯਾਰ ਇਹਦਾ 'ਚ ਇਹ ਤਾਂ ਹੱਥ ਮਾਰੇ ਝੜੂਗੀ ਇਹਦੇ ਗਿਲ ਤਾਂ ਬੜਾ ਕੇ ਫਾਇਦਾ ਆਪਾਂ ਨੂੰ ਜੇ 10 ਬੰਦੇ ਇੱਕ ਸਾਈਡ ਨੂੰ ਹੋ ਗਏ ਤਾਂ 11ਵੇਂ ਨੂੰ ਵੀ ਤੁਰਨਾ ਪੈਣਾ ਜੇ ਰਸਤੇ ਮਾਰਿਆ ਗਿਆ ਖੋਜੂਗਾ ਫਿਰ ਉਹ ਨਾਮ ਦੀ ਪੱਕੀ ਹੈ ਆ ਦੇਖ ਲੈ ਨਾਮ ਦੀ ਪੱਕੀ ਹੈ ਉਦਾਂ ਹਰੀ ਲੈ ਦਾਣਾ ਕੁਛ ਵੀ ਨੀ ਹੈਗਾ ਚੱਲ ਉੱਪਰ ਤੇ ਪੱਕ ਗਈ ਵਿੱਚ ਤੇ ਕੱਚੀ ਉਹ ਬੱਲਾਂ ਨਾ ਤੋੜ ਇੱਕ ਖਰਾਬ ਨਾ ਕਰ ਚੱਲ ਇੱਕ ਅੱਧੀ ਬਾਲ ਤਾਂ ਹੁਣ ਡੈਮੋ ਦਿਖਾਉਣੀ ਉਹ ਡੈਮੋ ਤਾਂ ਚੱਲ ਹੈਗੀ ਆ ਕਹਿੰਦਾ ਖਰਾਬ ਕਰਦਾ ਬਾਕੀ ਬਾਈ ਫਾਰਮ ਕੰਨੀ ਬਹੁਤ ਦਿਨ ਬਾਅਦ ਗੇੜਾ ਵੱਜਿਆ ਸਾਡਾ ਫਾਰਮ ਦਾ ਸਮਾਨ ਆਇਆ ਪਿਆ ਏ ਮਿਸਤਰੀ ਹਲੇ ਆਸੇ ਪਾਸੇ ਆ ਕਿਤੇ ਹੋਰ ਪਾਸੇ ਕੰਮ ਫੜਿਆ ਪਿਆ ਨਹੀਂ ਹਾਂ ਮਿਸਤਰੀ ਵੀ ਨਹੀਂ ਹਾਂ ਫਾਰਮ ਵਾਲਾ ਬੰਦਾ ਵੀ ਥੋੜੇ ਜਿਹਾ ਉਲਝੇ ਦਾ ਕੰਮ ਚ ਹੁਣ ਤਾਂ ਮੈਂ ਕਹਿੰਦਾ ਕਣਕ ਵੱਢ ਕੇ ਵਿਹਲੇ ਹੋਵਾਂਗੇ ਹਾਂ ਉਧਰ ਰਾਜੂ ਬਾਈ ਨੇ ਵੀ ਕੰਮ ਨੂੰ ਵੇੜਤਾ ਯਾਰ ਉਹੀ ਤੁਹਾਨੂੰ ਕਹਿੰਦਾ ਹੱਥ ਕਰਤਾ ਅੱਜ ਲੈ ਕੇ ਬਾਬੇ ਦਾ ਨਾਂ ਕੰਮ ਚੱਕ ਤੇ ਫੱਟੇ
ਮੋਟਰ ਬਾਈ ਜੀ 10 ਬੰਦੇ ਰਹਿਣ ਲੱਗ ਗਏ ਸਾਡੀ, ਪਰ ਪਾਲਟੀ ਹੋਈ ਵੀ ਹੈ ਉਧਰ, ਚੁੱਲ੍ਹੇ ਨੇ ਕਰਤਾ ਇਹ ਚੁੱਲ੍ਹਾ। ਬਾਈ ਦੇਖ ਲਓ ਦੁਬਾਰਾ ਤੇ ਚੱਲ ਪਿਆ, ਫੁੱਟਿਆ ਆ ਮੁੱਢਾ ਚੱਲ ਪਿਆ ਜਿਹੜਾ ਕਹਿੰਦੇ ਆ। ਓ ਜੀ ਬਾਈ ਕਣਕ ਨੂੰ ਕਰਤੇ ਦੋ ਹੱਥ ਇੱਧਰ, ਪਾਤੀ ਲੰਬੀ ਸਾਰੀ ਉਹ ਦੇਖੋ ਬਾਈ, ਸਾਰੀ ਉਹ ਲੰਬੀ ਪਾਤੀ। ਲੱਗੂਗਾ 2 ਦਿਨ, ਨਾੜ ਤਾਂ ਨਰਮ ਹੈ ਹਲੇ, ਨਾੜ ਤਾਂ ਨਰਮ ਹੈ। ਕਿਉਂਕਿ ਬਾਈ ਸਵੇਰੇ ਵੱਢ ਹੋਈ ਹੈ, ਜਾਂ 2 ਦਿਨ ਪੈਣੇ ਇਹਦੇ ਪਰ ਨੂੰ, ਇਹਨੇ ਆਪੇ ਲੋਟ ਆ ਜਾਣਾ। ਬਾਕੀ ਹੜੰਬੇ ਦੇ ਗਡਾਸੇ ਕਿੱਥੇ ਛੱਡਦੇ ਆ, ਹੁਣ 10 ਬੰਦੇ ਹੁੰਦੇ ਆ, ਕਿਸੇ ਦਾ ਹੱਥ ਉੱਪਰ ਟਿਕਿਆ ਕੋਈ ਬਹਿ ਕੇ ਬੈਠਦਾ ਏ, ਕਰੇ ਦਿੰਦੇ ਮਾੜਾ ਮੋਟਾ। ਬਾਈ ਨੂੰ ਦੇਖ ਕੇ ਹੁਣ ਕੱਚੇ ਪੱਕੇ ਸਭ ਨੇ ਵੱਢਣ ਲੱਗ ਜਾਣਾ। ਬਾਕੀ 2-3 ਦਿਨ ਹੋ ਗਏ ਹੁਣ ਮੀਂਹ ਕਰਕੇ ਰੁਕੇ ਵੇ, ਤੇ ਮੀਂਹ ਵਾਲਾ ਹੁਣ ਚਲੋ ਵਾਹਿਗੁਰੂ ਦੀ ਕਿਰਪਾ ਹੋ ਗਈ ਵੀ ਗਏਵੇ ਹੋ ਗਿਆ, ਚੱਲ ਪਏ ਬਾਈ ਕੰਮ ਸਾਰਿਆਂ ਦੇ। ਬਾਕੀ ਹੁਣ ਸਾਨੂੰ ਪਤਾ ਇਹਦੇ ਵਿੱਚ ਹੁਣ 2-3 ਦਿਨ ਤੱਕ ਭਰੀਆਂ ਬੰਨ੍ਹ ਕੇ ਨਾਲ ਦੀ ਨਾਲ ਜਿਹੜਾ ਤੂੜੀ ਬਣ ਜਾਣੀ, ਤੂੜੀ ਬਣ ਜਾਣੀ। ਬੂਟੇ ਬਾਕੀ ਸਾਰੇ ਹਰੇ ਆ ਬਾਈ ਦੇ ਟੋਟਲੀ, ਬਾਕੀ ਐਂ ਤਾਂ ਆਹ ਦੇਖਾ 2 ਬੂਟੇ ਲਾਏ ਵੇ ਉਹਨੇ, ਉਹਨੂੰ ਦੇਖਦਾ ਤਾਂ ਵੀ ਸੁੱਕ ਦਾ ਬੂਟਾ ਇੱਕ, ਡਬਲ ਕਰਤਾ ਦਾ ਉਹਨੇ, ਡਬਲ ਕਰਤਾ, ਹੋਰ ਐਕਸਪੈਰੀਮੈਂਟ 3 ਬੂਟੇ ਉਹ ਦੇਖੜੇ ਮੋਟਰ ਦੇ ਨਾਲ ਦੇਖ ਲਾ। ਗੰਨਾ ਦੇਖੋ ਬਾਈ, ਆਹ ਗੰਨਾ ਵਧੀਆ ਯਾਰ ਆਪਣਾ, ਆਹ ਗੰਨਾ ਦੇਖ ਸੂਇਆ ਵਾਲਾ, 10-12 ਅੱਖਾਂ ਸੂਈਆਂ ਗਈਆਂ, ਆਹ ਬੂਟੇ ਦਾ ਐਕਸਪੈਰੀਮੈਂਟ ਦੇਖ ਲਾ, ਥੱਲੇ ਦੇ ਵਿੱਚ ਲਾ ਕੇ ਖੜੇ ਕਰੇ ਪਿਆ। ਆਹ ਦੇਖ ਲਾ ਨਾ, ਠੀਕ ਹੈ ਐਕਸਪੈਰੀਮੈਂਟ, ਕਿਉਂਕਿ ਬਾਈ ਇੱਕ ਵਾਰ ਬੂਟਾ ਸੁੱਕ ਜਾਵੇ ਫਿਰ ਦੁਬਾਰਾ ਜੇ ਅਗਲੇ ਸਾਲ ਲਾਈਏ ਨਾਲ ਨਹੀਂ ਰਲਦਾ, ਫਰਕ ਪੈ ਜਾਂਦਾ। ਕਿੰਨੇ ਹਰੇ ਆ, ਮੋਟਰ ਲਾ ਕੇ ਨਾ ਪਾਣੀ ਪਈ ਜਾਂਦਾ ਫਿਰ, ਉੱਪਰ ਤੇ ਬੰਨੇ ਪਏ ਗਿਰੇ ਨਾ, ਕਿਆ ਪਤਾ ਕੋਈ ਚੱਕ ਲਏ ਜੀ ਪਿਆ, ਪੱਕਾ ਕੰਮ ਕਰਿਆ ਪਿਆ। ਤੇ ਆ ਲਓ ਬਾਈ ਅਫਵਾਹਾਂ ਫੈਲੀਆਂ ਦੀਆਂ, ਕਹਿੰਦੇ ਵੀ ਨਿੰਮਾਂ ਨਹੀਂ ਹੋਣੀਆਂ ਹਰੀਆਂ, ਆ ਲਓ ਪੱਤੇ ਆ ਗਏ ਦੁਬਾਰਾ ਚੱਲ ਪਈ ਹੈ ਨਾ, ਹੈਂ ਕੁੱਤ ਪਾਂਦਾ ਹੋ ਗਈ ਇੱਧਰ ਰੇਤਾ ਦੇ ਰੇਤੇ ਜਦੋਂ ਨਿਕਲਿਆ ਗੰਨਾ ਇੱਕ ਪਹਾੜ ਕੇ, ਹੈਂ ਹਾਂ ਦੇਖ ਬਾਈ ਉਰੇ ਟਰੈਕਟਰ ਪਤਾ ਨਹੀਂ ਕਿੰਨਾ ਕੁ ਘੁੰਮਿਆ, ਸਿੰਧੂਰਾਂ ਦਾ ਕਿਆ, ਸਾਰੇ ਕਿਰਾਏ ਵਾਲੇ। ਚਲੋ ਬਾਈ ਫਾਰਮ ਕਰਨੇ ਨੂੰ ਹੁਣ ਚੱਲਦੇ, ਉੱਧਰ ਬੈਠੇ ਆ ਬੰਦੇ, ਲੈ ਠੀਕ ਹੈ, ਹੈਂ ਲੋਹਾ ਹੀ ਲੋਹਾ ਚਮਕਦਾ, ਗੱਲ ਪੱਕੀ ਹੈ। ਮੈਂ ਕਹਿੰਦਾ ਸਿਰੇ ਪਰ ਆਈ ਇੱਧਰ ਨੂੰ ਤੇਰਾ ਸਿਰ ਤਾਂ ਨਹੀਂ ਲੱਗਦਾ, ਹੈਂ ਬਾਕੀ ਬਾਈ ਟੀਨਾਂ ਰੁਕੀਆਂ ਤੇ ਜਿਹੜੀਆਂ ਉਹ ਮਟੀਰੀਅਲ ਗਿਆ ਪਹੁੰਚ, ਉਹ ਵੀ ਦੇਖਦੇ ਵੀ ਕਿਆ ਚੀਜ਼ ਆ, ਮੈਂ ਤਾਂ ਦੇਖਿਆ ਨੀ ਹਲੇ। ਲੋ ਬਾਈ ਇੱਧਰ ਪਹੁੰਚ ਗਏ ਫੋਨ ਕੋਲ ਵੀ,
ਇਹ ਚਿੱਟੀ ਆ ਹਨਾ, ਚਿੱਗੇ ਕਤਰਾਈ, ਸਹੀ ਗੱਲ ਆ। ਚਿਕਨ ਆਪਣਾ ਜਿਹੜਾ ਗੱਦਾ ਹੁੰਦਾ ਜਿਹੜਾ ਬੈਠਣਾ ਉਹ ਚ ਮੋਟਾ ਵੀ ਬੈਠ ਗਿਆ। ਆਹੀ ਚੱਲ ਵੀ ਇੱਕ ਜਿਹੜਾ ਰੈਡੀਮੇਡ ਗੱਦੇ ਜਿਹਾ ਬਿਆਹ ਮੂਨ ਲਿਆਉਂਦੇ ਆ ਉਹ ਚਾਹੀ ਹੁੰਦੀ ਤਾਂ ਦੇਖੋ ਉਹ ਥੋੜੀ ਜਿਹੀ ਹੁੰਦੀ ਆ, ਸਖਤ ਇਹ ਨਰਮ ਹੈ। ਹੈ ਤਾਂ ਉਹਦੀ ਭੈਣੇ ਇਹ, ਹਾਂ ਹੈ ਉਹਦੀ ਭੈਣ। ਹੈ ਕਿੰਨਾ ਲੱਖਾ ਕਿਹੜਾ ਇੱਕ ਕਿਹੜਾ ਵਜਨ ਨਾਲ ਉਦਾਂ ਹੀ ਫਲਾਵਟ ਹੈ 50 ਮੀਟਰ ਇਹ, ਹਾਂ 50 ਮੀਟਰ ਹੈ। ਸਹੀ ਗੱਲ ਆ ਵੀ ਇਧਰ ਪਾਪਾ ਜੀ ਕਹਿੰਦੇ 50 ਮੀਟਰ ਹੈ ਜਿਹੜਾ ਕਣਕ ਵਾਲੇ ਢੋਲ ਜਿੱਡਾ ਲੱਛਾ ਹੈ। ਡੇਢ ਸੌ ਫੁੱਟ ਦਾ ਸਮਝ ਲੋ ਇੱਕ ਰੋਲ ਆ ਇਹ, ਪਰ 18 ਇੰਚ ਹੁੰਦਾ 3 ਮੀਟਰ ਨੂੰ। ਸ਼ਾਮਾਂ ਚ ਨੂੰ ਆਇਆ ਹੁਣ ਪਾਪਾ ਜੀ ਦੇ ਵੀ ਆੜੀ ਆਏ ਵੀ ਸਾਰੇ ਬੈਠੇ ਸ਼ਾਮਾਂ ਚ, ਇੱਕ ਉਰੇ ਬੂਟਾ ਕਰਕੇ ਹਵਾ ਗਿਰਦੀ ਇੱਧਰ ਤੇ। ਹਾਂ ਸਹੀ ਗੱਲ ਹੈ ਜੀ, ਸਹੀ ਗੱਲ, ਮੱਛਰਦਾਨੀ ਨੀ ਬਈ, ਠੀਕ ਨੀ ਬਾਈ, ਸੱਚੀ ਗੱਲ ਆ। ਮੱਛਰ ਤੇ ਮੱਛਰਦਾਨੀ, ਸਾਬਣ ਲਈ ਸਾਬਣਦਾਨੀ ਹੈ, ਮੱਛਰ ਬੂਟਿਆਂ ਕਰਕੇ। ਲਓ ਬਈ ਮੌਸਮ ਵੀ ਚੱਲ ਰਿਹਾ ਖੁੱਲ੍ਹਮ ਡੁੱਲਾ, ਕੰਮ ਵਧੀਆ। ਅਤੇ ਇੱਧਰ ਬਾਈ ਬੰਦੇ ਲਾਏ ਹੋਏ ਕੰਮਾਂ 'ਚ, ਪਾਪਾ ਜੀ ਨੇ ਦੇਖੋ ਵੀ ਕਿਆ ਕਰਦਾ ਇਹ, ਆ ਦੇਖੋ ਹਰੀਆਂ ਬੱਲਾਂ ਤੋੜਨ। ਮਿਲੋ ਜੀ ਇੱਧਰ ਪਾਪਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹਰੇ ਹਰੇ ਬੱਲਾਂ ਨਹੀਂ ਸੁੱਕਣੀਆਂ, ਨਹੀਂ ਇਹ ਤਾਂ ਵਿੱਚ ਬਹੁਤ ਰਿਆਈ ਹੋ ਜਾਣੀਆਂ, ਲਾਗਾਂ ਵਰ ਜਿਹੜੀਆਂ ਦੁਬਾਰਾ ਜੰਮ ਕੇ ਹੋਈਆਂ ਹੋਈਆਂ। ਅੱਛਾ, ਆਹੋ ਬਸ ਆ ਪੱਕੀਆਂ ਹੀ ਤਾਂ ਨਹੀਂ ਤੋੜੀ ਜਾਂਦਾ। ਚੱਲ ਪੱਕੀਆਂ ਟੁੱਟ ਗਈਆਂ ਤਾਂ ਵੀ ਸੁੱਕਾ ਹੀ ਜਾਣੀ ਤਾਂ। ਮੈਨੂੰ ਕੰਮ ਕਰਦਾ ਆਪਣਾ ਕਰੀ ਚੱਲਣ ਜਿਹੜਾ ਕਰਦਾ। ਅੱਛਾ, ਨਹੀਂ ਬਾਈ ਤੋੜਦਾ ਤਾਂ ਲੱਭ ਗਏ ਹਰੀ ਉਹ ਉਹਦੇ। ਦਿਖਾਈ ਹੋਏ, ਦਿਖਾਈ ਮਾੜੀ ਜੀ, ਦਿਖਾਈ ਬੱਲ। ਹਾਂ ਗੁੱਡ ਗੁੱਡ, ਹਾਂ ਜਸਨ ਤੈਂ ਕਰ ਦੇ ਲੱਤੀ ਵੀ ਹੈ। ਹਾਂ ਦੇਖੋ ਬਾਈ, ਅੱਛਾ ਬਾਬਿਆਂ ਸਾਰੇ ਕੰਮ ਲਾ ਲਏ ਜਸਨ। ਚੱਲ ਠੀਕ ਹੈ, ਲਓ ਬਾਈ ਅੱਗੇ ਬੱਲਾਂ ਚੁੱਕੇ ਕਰਦੇ ਤੇ ਭਰੀਆਂ ਬੰਨ ਕੇ ਖਿੜੀਆਂ ਵੀ ਹੁਣ ਹਰੀਆਂ ਹਰੀਆਂ ਬੱਲੀਆਂ ਹੋਣੀ। ਤੋੜ ਵੀ ਤੋੜ, ਥੱਕ ਗਿਆ ਦਮ ਦਮ ਤਾਂ ਹੀ ਥੱਕ ਗਿਆ ਹੈ। ਲਓ ਬਾਈ ਝੋਲੀ ਭਰ ਕੇ ਇੱਕ ਲੱਗੇ ਹੋਏ ਸਾਰੇ ਇਕੱਠੇ, ਇਹ ਵੀ ਬੰਦੇ ਨਾਲ ਲਿਆਉਂਦੇ ਵੀ ਛੁੱਟੀ ਦਾ ਲਾ ਲਿੱਤਾ ਜਾਂਦਾ ਇਹਨਾਂ ਦੀ ਵੀ। ਉਹ ਦੇਖੋ ਪੰਮੂ, ਅੱਛਾ ਉਹ ਇੱਕ ਵੱਲ ਤੋੜਦਾ, ਮੂਹਰੇ ਕੁਛ ਨਾ ਕੁਛ ਕਰੀ ਜਾਂਦਾ ਜੀ ਇਹ ਹਾਲ। ਚਲੋ ਚੱਲ ਰਿਹਾ ਜੀ ਕੰਮ ਇੱਕ ਨਹੀਂ।